कट्ठे पढ़ते सी कट्ठिया ने आंदा ही मैं ओदे नाल ब्याह करवाना वी कहिंदे ओ दसवीं च पढ़दी सी ते बाद उन्हें पार ला लिया मुंडे ने पहला लेके थले डिग्गा वा ओने चुन्नी जो कट्टी है तो कितने को सामभिया नहीं गया तो थले डिग पिया ओने भी कितने डरती ने लै लिया मंग रही चल गया ते मां पुत काम कर दे जिदन दो चार दिन स्कूले ला हुंदा है फिर काम ते चल जांदा है पैसे चार जोड़ देंदा है फिर आ देंदा है मम्मी आ वरत ले मैं दो क दिन स्कूले चल जा इतना किता मेरे पुत ने मेरे नाल की नाम सी है जी की नाम सी कुलदीप सिंह सन्नी उतना ज्यादा के नहीं नाम लिखते जेड़ा नाम है वो दस छोटा नाम दा सन्नी आ वोटी दा नाम की ओ नारे नो ही रेनू केड़ी जगह तो सीगी जी इत्थे बडाली तो कट्ठे पढ़दे सी कट्ठिया ने आंदा ही मैं ओदे नाल ब्याह करवाना वी कहिंदे ओ दसवीं च पढ़दी सी ते 12वीं च पढ़दा सी ਉਹਨੇ ਦਸਵੀਂ ਪਹਿਲਾਂ ਕੀਤੀ ਹੈ ਪੜਦਾ ਸੀ ਕੋਈ ਵਜ੍ਹਾ ਪਤਾ ਲੱਗੀ ਕਦੇ ਨਹੀਂ ਸੁਸਾਈਡ ਕੀਤਾ ਕੋਈ ਪਤਾ ਨਹੀਂ ਕੋਈ ਕਾਰਨ ਦਾ ਨਹੀਂ ਪਤਾ ਲੱਗਾ ਨਾ ਮੈਂ ਕੰਮ ਤੇ ਡਿਊਟੀ ਤੇ ਚਲ ਗਈ ਯੂਨੀਵਰਸਿਟੀ ਡਿਊਟੀ ਕਰਦੀ ਹਾਂ ਮੈਂ ਉੱਥੇ ਚਲ ਗਈ ਹਾਂ ਤੇ ਮੈਨੂੰ ਗਵਾਂਡੀਆਂ ਦੱਸਿਆ ਵੀ ਤੇਰੇ ਨੌ ਨੇ ਪਾ ਲੈ ਲਿਆ ਮੁੰਡੇ ਨੇ ਪਹਿਲਾਂ ਲੈ ਕੇ ਥੱਲੇ ਡਿੱਗਾ ਵਾ ਉਹਨੇ ਚੁੰਨੀ ਜਦੋਂ ਕੱਟੀ ਹੈ ਤੇ ਕਿਤੇ ਕੋ ਸਾਂਭਿਆ ਨਹੀਂ ਗਿਆ ਤੇ ਥੱਲੇ ਡਿੱਗ ਪਿਆ ਉਹਨੇ ਵੀ ਕਿਤੇ ਡਰਦੀ ਨੇ ਲੈ ਲਿਆ ਮੰਗ ਰਹੀ ਉਹ ਲੜਕੀ ਸੀ ਮੁੰਡਾ ਬਾਹਰ ਥੱਲੇ ਡਿੱਗਾ ਸੀ ਕੋਈ ਘਰ ਨਹੀਂ ਸੀ ਉਹ ਦੋਵੇਂ ਜੀ ਸੀ ਮੈਂ ਫੋਨ ਡਈ ਹਾਂ ਕਰਨ ਕੋਈ ਨਹੀਂ ਚੁੱਕਦਾ ਮੈਂ ਆਨੀ ਹਾਂ ਫੋਨ ਮੇਰੇ ਪੁੱਤ ਗੱਲ ਕਰਾ ਦੋ ਮੇਰੀ ਨੂੰਹ ਨਾਲ ਮੈਨੂੰ ਕਹਿੰਦੇ ਦੂਜਾ ਨਗਰੀ ਦਾ ਉਹ ਆਂਟੀ ਬੂਆ ਨਹੀਂ ਖੋਲਦੀ ਮੈਂ ਉਹ ਲੀੜੇ ਜੇ ਦਿੱਤੇ ਚੀਤਾਂ ਵਿੱਚ ਮੈਂ ਉਹ ਲੀੜੇ ਕੱਢ ਕੇ ਉੱਚੀ ਹਰੀ ਆਵਾਜ਼ ਦੋ ਸਾਂ ਤਾਂ ਸੁੱਤੀ ਹੋਵੇ ਅੰਦਰ ਆਂਦੇ ਚੰਗਾ ਉਹਨੇ ਆਵਾਜ਼ ਬੂਜ ਮਾਰ ਕੇ ਚੱਲ ਕੇ ਨਹੀਂ ਬੂਆ ਖੋਲਿਆ ਮੁੜ ਕੇ ਮੈਂ ਆਖਿਆ ਚੱਲ ਕੋਈ ਨਹੀਂ ਆ ਮੈਂ ਲਾਗੇ ਗੁਆਂਢੀਆਂ ਦੇ ਮੁੰਡੇ ਨੇ ਮੈਨੂੰ ਫੋਨ ਕੀਤਾ ਆਂਟੀ ਉਹ ਨੇ ਬੂਆ ਖੋਲ ਦੇਵੀ ਮੈਂ ਜਾ ਮੰਗੇ ਕੰਧ ਟੱਪ ਕੇ ਚੱਲ ਜਾ ਸਾਡੇ ਘਰ ਸੁੱਤੀ ਹੋਊਗੀ ਤੈਨੂੰ ਉਠਾ ਕੇ ਉਹਨੇ ਲਾਗੇ ਕੋਠੀ ਵਾਲੇ ਆ ਜੱਟ ਅਤੇ ਉਹਨਾਂ ਦੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਪੈਲੀ 'ਚ ਹਾਂ ਅਤੇ ਤੂੰ ਮੰਮੀ ਨੂੰ ਲੈ ਜਾ ਨਾਲ ਉਹ ਆਪਣੀ ਉਹਦੀ ਮੰਮੀ ਨੂੰ ਲਿਆ ਤਾਂ ਉਹ ਕਹਿੰਦੀ ਚੱਲ ਮੈਂ ਇੱਥੇ ਬਾਹਰ ਖਲੋਨੀ ਤੂੰ ਕੰਧ ਟੱਪ ਕੇ ਜਾ ਅਤੇ ਇੱਧਰ ਬੂਹਾ ਖੋਲ ਗੇਟ ਜਾ ਕੇ ਅਤੇ ਮੈਨੂੰ ਫੋਨ ਕੀਤਾ ਆਂਟੀ ਬੂਹਾ ਖੋਲ ਦਿੰਦੀ ਮੈਂ ਪੁੱਤ ਬੂਹਾ ਖੋਲ ਖੋਲਣਾ ਕਿਉਂ ਨਹੀਂ ਹੋ ਅਤੇ ਮੈਂ ਵੇਖ ਕੀ ਡਿਆ ਕਰਨ ਆਉਂਦਾ ਬਾਹਰੋਂ ਵੇਖ ਕੇ ਚੱਲ ਗਿਆ ਆਂਦਾ ਆਂਟੀ ਤੇਰੀ ਨੂੰਹ ਨੇ ਫਾਹ ਲੈ ਲਿਆ ਜੀ ਮੈਂ ਕਿਤੇ ਉੱਥੋਂ ਭੱਜੀ ਮੈਂ ਮੁੜ ਕੇ ਫਿਰ ਮੈਨੂੰ ਦੋਵਾਂ ਮਿੰਟਾਂ ਨੂੰ ਫੋਨ ਕਰਤਾ ਕਿਤੇ ਅੰਦਰ ਵੜ ਕੇ ਵੇਖਿਆ ਉਹ ਆਂਦਾ ਆਂਟੀ ਤੇਰੇ ਮੁੰਡੇ ਨੇ ਪਹਿਲਾਂ ਲਿਆ ਹੀ ਵਾ ਤੇਰਾ ਮੁੰਡਾ ਥੱਲੇ ਡਿੱਗਾ ਵਾ ਉਹ ਲਮਕੀ ਆ ਉਹਨੇ ਵੱਖਰੀ ਚੁੰਨੀ ਨਾਲ ਲਿਆ ਵਾ ਉਹ ਕੱਟ ਦਿੱਤੀ ਉਹਨੇ ਕਿਤੇ ਕੱਟ ਕੇ ਤੇ ਚੁੱਕਣ ਲੱਗੀ ਭਾਰਾ ਸੀ ਸਰੀਰ ਦਾ ਜਵਾਨ ਸੀ ਔਰ ਕੋਈ ਸਾਂਭਿਆ ਨਹੀਂ ਗਿਆ ਉਹ ਥੱਲੇ ਡਿੱਗ ਪਿਆ ਬਾਬਾ ਬੁੱਢਾ ਸਿੰਘ ਕਲੋਨੀ ਮੇਰਾ ਨਾਮ ਅੰਮ੍ਰਿਤਪਾਲ ਸਿੰਘ ਅਤੇ ਉਹ ਸਵੇਰ ਦੀ ਗੱਲ ਹੈ ਕਿ ਇੱਥੇ ਉਹ ਆਂਟੀ ਰਹਿੰਦੇ ਆ 1.5 ਸਾਲ ਕੁ ਹੋਇਆ ਉਹਨੂੰ ਉਹਨਾਂ ਦੀ ਗੁੜੀਆ ਨੌ ਸੀ ਅਤੇ ਉਹ ਚੀਕਾਂ ਚੁੱਕਣ ਡਈ ਸੀ ਮਾਰਨ ਤੁਸੀਂ ਕਿਹਾ ਚਲੋ ਜਾ ਕੇ ਵੇਖਦੇ ਹਾਂ ਕਿ ਪਤਾ ਕੋਈ ਸੱਪ ਸੁੱਪ ਨਾ ਲੱਗ ਗਿਆ ਹੋਵੇ ਝਾੜੀਆਂ ਝੂੜੀਆਂ ਸਾਰੀਆਂ ਜਾ ਕੇ ਵੇਖਿਆ ਬੂਆ ਬਾਬਾ ਭੰਨਿਆ ਬਾਬਾ 2-3 ਮਿੰਟ ਨਹੀਂ ਖੋਲਿਆ ਫਿਰ ਮੈਂ ਉਹ ਆਂਟੀ ਨੂੰ ਫੋਨ ਲਾਇਆ ਮੈਂ ਆਂਟੀ ਇੱਦਾਂ ਉਹ ਰੇਨੂ ਤੁਹਾਡੀ ਬੂਆ ਨਹੀਂ ਖੋਲਣ ਡੀ ਅਤੇ ਮੈਂ ਕੀ ਗੱਲ ਮੈਂ ਬੂਆ ਉਹ ਟੀਕਾ ਨਹੀਂ ਡੀ ਸੀ ਮਾਰਨ ਉਹ ਕਹਿੰਦੀ ਕਿ ਬੂਆ ਖੜਕਾ ਤੂੰ ਖੋਲ ਦੇਣਾ ਉਹਨੇ ਉਹ ਭਾਅ ਜੀ ਵੇਖਿਆ ਤਾਂ ਨਹੀਂ ਖੋਲਿਆ ਅਤੇ ਫਿਰ ਉਹ ਆਂਟੀ ਕਹਿੰਦੀ ਕਿ ਤੂੰ ਕੰਧ ਟੱਪ ਕੇ ਚੱਲ ਜਾ
ਮੈਂ ਆਂਟੀ ਇਕੱਲੀ ਕੁੜੀ ਮੈਂ ਕਿੱਦਾਂ ਜਾ ਸਕਦਾ ਅਤੇ ਫਿਰ ਉਹ ਲਾਗੋਂ ਉਹ ਆਂਟੀ ਉਹ ਸਾਹਮਣੇ ਘਰ ਵਾਲੇ ਉਹ ਆਏ ਇੱਥੋਂ ਹਾਂਜੀ ਉਹ 6-7 ਜਣੇ ਇੱਥੋਂ ਗਏ ਤੇ ਉਹਨਾਂ ਨੇ ਮੈਨੂੰ ਕਹਿੰਦੇ ਕਿ ਤੂੰ ਖੋਲ੍ਹ ਬੂਹਾ ਅੰਦਰ ਜਾ ਕੇ ਬੂਹਾ ਖੋਲ੍ਹ ਕੇ ਵੇਖਿਆ ਤਾਂ ਭਾਅ ਜੀ ਸਾਹਮਣੇ ਇਹ ਪੱਖੇ ਨਾਲ ਲਮਕਣ ਡੀ ਸੀ ਅਤੇ ਗੁੜੀਆ ਅਤੇ ਉਹ ਮੁੰਡਾ ਜਿਹੜਾ ਸੀ ਕੁਲਦੀਪ ਸਿੰਘ ਉਹ ਥੱਲੇ ਪਿਆ ਸੀ ਇਹੀ ਭਾਅ ਜੀ ਗੱਲ ਤਾਂ ਮੁੜ ਕੇ ਉਸੇ ਵੇਲੇ ਪ੍ਰਸ਼ਾਸਨ ਨੂੰ ਰਿਪੋਰਟ ਕਰਤੀ ਉਹਨਾਂ ਆ ਗਈ ਮੌਕੇ ਜੋ ਤੁਸੀਂ ਅੰਦਰ ਗਏ ਹੋ ਜੋ ਲਮਕਣ ਦੀ ਸੀ ਹਾਂਜੀ ਉਦੋਂ ਭਾਜੀ ਲਮਕਣ ਦੀ ਤੁਸੀਂ ਕੋਸ਼ਿਸ਼ ਹੀ ਨਹੀਂ ਕੀਤੀ ਬਚਾਉਣ ਦੀ ਭਾਜੀ ਕੋਸ਼ਿਸ਼ ਪਹਿਲਾਂ ਉਹਨਾਂ ਨੂੰ ਖੋਲ੍ਹ ਦੇ ਤੇ ਥੱਲੇ ਮੁੰਡਾ ਪਿਆ ਜਾਂ ਤਾਂ ਅਸੀਂ ਮੁੰਡੇ ਵੱਲ ਹੋਈਏ ਤੇ ਜਾਂ ਕੁੜੀ ਵੱਲ ਹੋਈਏ ਉਹਨਾਂ ਚਿਰ ਨੂੰ ਭਾਜੀ ਇੰਨੀ ਗੱਲ ਹੋਈ ਤੇ ਸਾਹਮਣੇ ਮੁਲਾਜ਼ਮ ਆ ਗਏ ਅਤੇ 8:30 ਦੀ ਗੱਲ ਜੀ ਸਵੇਰੇ ਕਿਸ ਤਰ੍ਹਾਂ ਆ ਗਏ ਅਤੇ ਭਾਜੀ ਉਹਨਾਂ ਨੂੰ ਫੋਨ ਕੀਤਾ ਸੀ ਜਦੋਂ ਹਾਂਜੀ ਫੋਨ ਕੀਤਾ ਸੀ ਕਿਉਂਕਿ ਇਹ ਉੱਦਾਂ ਤਾਂ ਕੋਈ ਗੱਲਬਾਤ ਨਹੀਂ ਹੈਗੀ ਮੁੰਡੇ ਦਾ ਨਾਂ ਕੁਲਦੀਪ ਸਿੰਘ ਜੀ ਕੁੜੀ ਦਾ ਨਾਂ ਰੇਨੂ ਹੈ ਕਿੰਨੇ ਕੁ ਚਿਰ ਹੋ ਗਿਆ ਵਿਆਹ ਨੂੰ ਕੋ ਤਕਰੀਬਨ 5 ਮਹੀਨੇ ਹੋ ਗਏ ਜੀ ਕੋਈ ਵਜ੍ਹਾ ਪਤਾ ਲੱਗੀ ਕਾਹਦੇ ਲਈ ਇਹਨਾਂ ਨੇ ਭਾਅ ਜੀ ਪਹਿਲਾਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਦੋਵੇਂ ਮੀਆਂ ਬੀਬੀ ਰਾਜੀ ਸੀ ਕੋਈ ਇਹੋ ਜਿਹਾ ਗੱਲ ਨਹੀਂ